ਸਭ ਸਿੰਗਰਸ ਕਰਕੇ ਹੋ ਰਿਹਾ ਮੈਨੂੰ ਲੱਗਦਾ ਸਟੈਂਡ ਅਪ ਕਮੇਡੀਅਨਸ ਦੀ ਲਾਈਫ ਸਾਡੇ ਤੋਂ ਵੀ ਔਖੀ ਹੈ ਉਹਨਾਂ ਨੂੰ ਹਰ ਚੁਟਕਲੇ ਤੋਂ ਬਾਅਦ ਦੱਸਣਾ ਪੈਂਦਾ ਹੈਲੋ ਇਹ ਚੁਟਕਲਾ ਸੀ ਰਿਮੈਂਬਰ ਵੈਰੀ ਗੁੱਡ ਤੇ ਮੈਂ ਸੁਣਿਆ ਜੈਪੁਰ ਚ ਭੁੱਕੀ ਲੀਗਲ ਹੈ ਜੈਪੁਰ ਚ ਨਹੀਂ ਜੀ ਬਾਬਾ ਜੈ ਜਵਾਨ ਜੈ ਕਿਸਾਨ ਲਓ ਜੀ ਔਨ ਦ ਵੇ ਟੂ ਜੈਪੁਰ ਔਨ ਦ ਵੇ ਟੂ ਜੈਪੁਰ ਅਸੀਂ ਦਿੱਲੀ ਚੋਂ ਨਿਕਲ ਚੁੱਕੇ ਆ ਦਿੱਲੀ ਦੇ ਟ੍ਰੈਫਿਕ ਦੀਆਂ ਤੁਹਾਨੂੰ ਅਸੀਂ ਆਲਰੇਡੀ ਕੀ ਕਹਿੰਦੇ ਨੇ ਸੂਚਨਾਵਾਂ ਦਿੰਦੇ ਰਹਿੰਦੇ ਆ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਕੰਟੈਂਟ ਰਿਪੀਟ ਨਹੀਂ ਕਰਨਾ ਹੁਣ ਦੇਖੋ ਟ੍ਰੈਫਿਕ ਖਤਮ ਦਿੱਲੀ ਤੋਂ ਅਸੀਂ ਬਾਹਰ ਆ ਗਏ ਤੇ ਹੁਣ ਤੁਹਾਨੂੰ ਅਸੀਂ ਮਿਲਦੇ ਆ ਜੈਪੁਰ ਦੇ ਗਏ ਢਾਬੇ ਤੇ ਮੈਂ ਸੁਣਿਆ ਜੈਪੁਰ ਚ ਭੁੱਕੀ ਲੀਗਲ ਹੈ ਜੈਪੁਰ ਚ ਰਾਜਸਥਾਨ 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 ਚ ਹੀ ਜੈਪੁਰ ਆਹੋ ਮਤਲਬ ਇਕੱਲੇ ਜੈਪੁਰ ਚ ਨਹੀਂ ਅੱਛਾ ਰਾਜਸਥਾਨ ਚ ਰਾਜਸਥਾਨ ਚ ਭੁੱਕੀ ਲੀਗਲ ਹੈ ਭੁੱਕੀ ਦੇ ਠੇਕੇ ਨੇ ਅਸੀਂ ਸੁਣਿਆ ਬੜੇ ਟਰੱਕਾਂ ਵਾਲੇ ਵੀਰਾਂ ਤੋਂ ਵੀ ਸੁਣਿਆ ਤੇ ਕੌੜੀ ਬਹੁਤ ਖੁਸ਼ ਹੈ ਸਿਆਣੀ ਗੱਲ ਜਦੋਂ ਵਲੌਗ ਚ ਕਰਦੇ ਆ ਉਹ ਤੁਸੀਂ ਮੰਨਣੀ ਨੀ ਹੁੰਦੀ ਫੁੱਦੂ ਗੱਲ ਮੰਨ ਲੈਂਦੇ ਹੋ ਇਸ ਕਰਕੇ ਸਿਆਣੇ ਹੋਵੋ ਫੁੱਦੂ ਵੀ ਨਾ ਮੰਨਿਆ ਕਰੋ ਸਿਆਣੀ ਵੀ ਨਾ ਮੰਨਿਆ ਤੁਸੀਂ ਸਾਰੇ ਸਿਆਣੇ ਹੋ ਰਾਜਸਥਾਨ ਚ ਭੁੱਕੀ ਕਿਹਨੇ ਕਿਹਨੇ ਖਾਣੀ ਆ ਪਿਛਲੀਆਂ ਸਵਾਰੀਆਂ ਨੂੰ ਤਾਂ ਪੁੱਛ ਨੇ ਬਾਤਾਂ ਦੇਖੋ ਨਾ ਫੋਰਚੂਨਰ ਨਾਲ ਕੋਈ ਧੱਕਾ ਨੀ ਦੇਖੋ ਜੀ ਸਾਡੀ ਹਰਮਨ ਪਿਆਰੀ ਕਾਰ ਹੈ ਜੀ ਸਰ ਕੁਛ ਕਹਿਣਾ ਚਾਹਤੇ ਹੋ ਆਈ ਲਵ ਯੂ ਟੂ ਪਰਦੇਸੀ ਹੋਈ ਹੈ ਆਪਣਾ ਦੇਸ਼ ਨੀ ਭੰਡੀ ਦਾ ਗੱਲ ਤਾਂ ਮੈਂ ਬੱਲੇ ਬੱਲੇ ਯੈਸ ਤਾਂ ਕਰਾ ਰੱਖੀ ਹੈ ਕਿ ਨਹੀਂ ਇੰਡੀਆ ਵਾਲਿਆਂ ਨੇ ਦੱਸੋ ਕਿਹੜਾ ਅਮਰੀਕਾ ਦਾ ਹਾਈਵੇ ਕਰਦਾ ਕਿ ਨਹੀਂ ਮੁਕਾਬਲਾ ਦੱਸੋ ਪੈਂਦੀ ਹੈ ਕਿ ਤੱਕ ਦੱਸੋ ਮਹਾਰਾਜ ਦਿਸ ਇਜ਼ ਮਾਰੇ ਕੈਮਰਿਆਂ ਵੱਲੋਂ ਦੀ ਲੰਘੇ ਆਪਾਂ ਤੱਕ ਕੈਮਰਿਆਂ ਦੇ ਹੇਠੋਂ ਦੀ ਲੰਘੇ ਆਪਾਂ ਨਹੀਂ ਆਪਾਂ ਨਾਰਮਲ ਸਪੀਡ ਤੇ ਹੀ ਆ ਅਸੀਂ ਕਦੇ ਓਵਰ ਸਪੀਡ ਤੇ ਕਰਦੇ ਹੀ ਨਹੀਂ ਹਾਂਜੀ ਬੋਲੋ ਕੀ ਕਹਿ ਰਹੇ ਭਾਜੀ ਤੇਲ ਪਵਾਉਣਾ ਹੈ ਜਰਾ 2 ਮਿੰਟ ਤੇਲ ਸਾਡੇ ਵਾਲੀ ਤਾਂ ਪੂਰਾ ਫੋਰਚੂਨਰ ਚ ਫੋਰਚੂਨਰ ਓਕੇ ਓਕੇ ਬਾਏ ਅੱਛਾ ਆਪਣਾ ਕੀ ਕਹਿੰਦੇ ਨੇ ਹਾਂਜੀ ਢਿੱਡ ਅੰਦਰ ਕਰੋ ਉਹ ਮੈਂ ਬੈਠਾ ਹੀ ਆਇਆ ਮੈਂ ਕਿਹੜਾ ਮੋਟਾ ਮੈਨੂੰ ਐਵੇਂ ਸਲਾਊਚ ਕਰ ਰਿਹਾ ਲੁਧਿਆਣੇ ਤੋਂ ਚੰਡੀਗੜ੍ਹ ਨਾ ਚੰਡੀਗੜ੍ਹ ਪਟਿਆਲਾ ਵੀ ਘੰਟਾ ਅੱਛਾ ਇੱਥੋਂ ਬੰਬੇ ਆਹ ਰੋਡ ਜਾਂਦੀ ਹੈ ਸਿੱਧੀ ਪਲਵਲ ਓਕੇ 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 ਲਾਡੀ ਖੜ ਜਾਓ ਰੋਡ ਬੰਦ ਹੈ ਅੱਗੇ ਖੜ ਜਾਓ ਹੌਲੀ ਕਰੋ ਕਿਉਂਕਿ ਕੰਸਟਰਕਸ਼ਨ ਚੱਲ ਰਹੀ ਆ ਸਮਾਰ ਰਹੇ ਨੇ ਦੇਖੋ ਸਾਡਾ ਕੰਟਰੀ ਦੇਖੋ ਕਿੱਡਾ ਅੱਗੇ ਵਿਕਸਿਤ ਹੋ ਰਿਹਾ ਵਧੀਆ ਕੰਸਟਰਕਸ਼ਨ ਦਾ ਅੱਛਾ ਇਹ ਪਾਰਟੀ ਨੂੰ ਨਹੀਂ ਅਸੀਂ ਸਪੋਰਟ ਕਰ ਰਹੇ ਭਾਈ ਸਾਹਿਬ ਇੱਕ ਤਾਂ ਸਾਲਾ ਹਰ ਮਜ਼ਾਕ ਤੋਂ ਬਾਅਦ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਔਖਾ ਕਰੀਅਰ ਅੱਜ ਤੱਕ ਮੈਨੂੰ ਲੱਗਦਾ ਸੀਗਾ ਸੈਲੀਬ੍ਰਿਟੀਜ਼ ਦਾ ਯਾਨੀ ਸਿੰਗਰਾਂ ਦਾ ਕਿਉਂਕਿ ਕੁਛ ਵੀ ਹੁੰਦਾ ਤਾਂ ਸਿੰਗਰਾਂ ਨੂੰ ਸਵਾਲ ਕੀਤਾ ਜਾਂਦਾ ਕਿ ਯਾਰ ਇਹ ਸਭ ਸਿੰਗਰਸ ਕਰਕੇ ਹੋ ਰਿਹਾ ਮੈਨੂੰ ਲੱਗਦਾ ਸਟੈਂਡ ਅਪ ਕਮੇਡੀਅਨਸ ਦੀ ਲਾਈਫ ਸਾਡੇ ਤੋਂ ਵੀ ਔਖੀ ਹੈ ਉਹਨਾਂ ਨੂੰ ਹਰ ਚੁਟਕਲੇ ਤੋਂ ਬਾਅਦ ਦੱਸਣਾ ਪੈਂਦਾ ਹੈਲੋ ਇਹ ਚੁਟਕਲਾ ਸੀ ਸਟੈਂਡ ਅਪ ਕਮੇਡੀਅਨਸ ਅਸੀਂ ਚੁਟਕਲੇ ਸੁਣਾਉਂਦੇ ਆ ਲਾਈਫ ਇਜ਼ ਵੈਰੀ ਕੰਪਲਿਕੇਟਿਡ ਔਨ ਸੋਸ਼ਲ ਮੀਡੀਆ ਦੈਟਸ ਵਾਈ ਡੋਨਟ ਗਿਵ ਫੱਕ ਡੁੱਬ ਕੇ ਮਰ ਜਾਓ ਮੁੰਬਈ ਹੈ 1204 ਕਿਲੋਮੀਟਰ ਮਾਰੇ ਅੱਧੀ ਦਿਹਾੜੀ ਮਤਲਬ 1204 ਕਿਲੋਮੀਟਰ ਲਾ 15 ਕੇ ਘੰਟੇ 15-16 ਰੋਡ ਟ੍ਰਿਪ ਲਾਈਏ ਲਾਡੀ ਲੈਟਸ ਗੋ ਹਣਾ ਹਾਂ ਜੀ ਪਹਿਲਾਂ ਅਸੀਂ ਜਾ ਕੇ ਆਏ ਮੈਂ ਸੁਖਨਵੀਰ ਆਪਣਾ ਅਸੀਂ ਗਏ ਸੀਗੇ ਸਵੇਰੇ 5 ਵਜੇ ਤੁਰੇ ਅਸੀਂ ਪਟਿਆਲਿਓ ਤੇ ਸ਼ਾਮ ਨੂੰ ਅਸੀਂ ਪਹੁੰਚ ਗਏ ਸੀਗੇ 4-5 ਵਜੇ ਨੂੰ ਥੋੜਾ ਜਿਹਾ ਨੂੰ ਟਾਈਮ ਜ਼ਿਆਦਾ ਲੱਗ ਗਿਆ ਕਿਉਂਕਿ ਸਕੋਡਾ ਦਾ ਗੇਅਰ ਬਾਕਸ ਖਰਾਬ ਹੋ ਗਿਆ ਸਕੋਡਾ ਡ੍ਰਿਲ ਤੇ ਗਏ ਸੀ ਅਸੀਂ 21-22 ਘੰਟਿਆਂ ਚ ਅਸੀਂ ਜਾ ਵੜੇ ਸੀ ਸਕੋਡਾ ਨੂੰ ਨਹੀਂ ਗਲਤ ਕਹਿ ਰਹੇ ਜਿਹੜੀ ਉੱਚ ਗੇਅਰ ਬਾਕਸ ਚ ਪ੍ਰੋਬਲਮ ਆਂਦੀ ਫਿਰ 4 ਮਹੀਨੇ ਹੋ ਰਹਿੰਦੀ ਹੈ ਏਜੰਸੀ ਚ ਸੁਕਨ ਦੇਖੋ ਮੈਂ ਸਕੋਡਾ ਦੀ ਤਾਰੀਫ ਕਰ ਰਿਹਾ ਇਨਡਾਇਰੈਕਟਲੀ ਬਾਕੀ ਹੁਣ ਤੁਸੀਂ ਮੈਂ ਡਾਇਰੈਕਟਲੀ ਸੱਚ ਬੋਲ ਰਿਹਾ
ਅਰੇ ਬਾਪ ਰੇ ਆ ਟਪਕੜਾ ਪੀਣ ਲੈਣਾ ਸਿੱਧੀਆਂ ਹੀ ਦੇਖਣ ਲੱਗ ਗਈਆਂ ਵੀਰੇ ਮੈਨੂੰ। ਲਓ ਜੀ ਜਾਂਦੇ ਜਾਂਦੇ ਹੋ ਗਿਆ ਸਾਡੀ ਫੋਰਚੂਨਰ ਦਾ ਤੇਲ ਖਤਮ, ਪੰਪੇ ਨਹੀਂ ਆਇਆ, ਰਾਹ 'ਚ 40 ਕਿਲੋਮੀਟਰ ਲੰਘ ਗਏ ਅਤੇ ਹੁਣ ਅਸੀਂ ਹਾਈਵੇ 'ਤੇ ਗੱਡੀ ਖੜਾ ਕੇ ਉਹ ਸਾਹਮਣੇ ਜਿਹੜਾ ਪੰਪ ਦੇਖ ਰਹੇ ਹੋ ਤੁਸੀਂ ਉੱਥੇ ਸਾਡਾ ਬੰਦਾ ਤੇਲ ਲੈਣ ਗਿਆ ਕੈਨੀ 'ਚ, ਤੇਲ ਤੂਲ ਪਵਾ ਕੇ ਇਹਦੇ 'ਚ ਟਰੱਕਾਂ ਵਾਲੇ ਬਾਈਆਂ ਤੋਂ ਇਹਨਾਂ ਤੋਂ ਕਹਿ ਬਾਈ ਦਾ ਥੈਂਕ ਯੂ ਟੀਪ ਬਣਾਉਣ ਵਾਸਤੇ ਬਾਈ ਯਾਰ, ਤੈਂ ਪੀਪੀ ਦਿੱਤੀ, ਥੈਂਕ ਯੂ ਯਾਰ ਤੇਰਾ। ਦੇਖੋ ਜੀ ਤੇਲ ਇਹ ਅੜ ਗਿਆ ਕੰਮ, ਵੈਰੀ ਗੁੱਡ। ਦੇਖੋ ਜੀ ਉਹ ਉੱਥੋਂ ਲਿਆਏ ਨੇ ਵਿਚਾਰੇ ਚੱਕ ਕੇ ਪੀਪੀਆਂ, ਵਾਹ ਜੀ ਵਾਹ। ਉਹ ਬੱਲੇ ਜੀਤ ਮੈਨ ਆਫ ਦਾ ਮੈਚ ਲੈ ਗਿਆ ਤੂੰ ਅੱਜ, 20 ਲੀਟਰ ਵਾਲਾ ਕੇਨ ਦੇਣਾ ਮੈਂ। ਉਹ ਭਾਰੀ ਉਹ ਬਾਦੂ ਆ ਕੇ ਪੰਪ ਹੈਗਾ, ਫੋਨ ਆ ਗਿਆ ਉਹਨਾਂ ਦਾ, ਪਾਣੀ ਡੋਲ ਦੋ, ਇਹਦੀ ਟੀਪ ਬਣਾਓ। ਉਹ ਵੱਡੀ ਬਣਾ, ਵੱਡੀ ਵੱਡੀ, ਵਾਹ ਜੀ ਵਾਹ। ਫਰੈਂਡਸ ਹਮਨੇ ਜੇ ਗਲਤੀ ਕੀ ਹੈ ਆਪ ਮਤ ਕਰੇ, ਡੀਜ਼ਲ ਨਾ ਡੋਲ ਜੀ, ਤੇ 90-95 ਰੁਪਏ ਲਿਆ ਜੀ, ਕੰਮ ਚਲਾਉਣ ਜੋਗਾ ਤੇਲ ਸਾਨੂੰ ਮਿਲ ਗਿਆ ਤੇ ਦੁਬਾਰਾ ਫੇਰ ਵੜਤੀ ਗੱਡੀ। ਹੁਣ ਅੱਗੇ ਪੰਪ ਤੇ ਦੇਖਦੇ ਆ, ਕਿਤੇ ਪਰਮੀਸ਼ ਵੀਰੇ ਹੁਣੀ ਖੜੇ ਨੇ ਅੱਗੇ ਪੰਪ ਤੇ, ਉਹ ਕਹਿੰਦੇ ਹੈਗਾ ਅੱਗੇ ਪੈ ਗਿਆ ਹੋ ਗਈ ਫੁੱਲ। ਪੁੱਛ ਲਈਏ ਕਿਵੇਂ ਹੋ ਤੁਸੀਂ, ਛੱਡੇ ਆਏ ਸਾਨੂੰ? ਹਾਂਜੀ ਬਾਈ ਜੀ ਸੌਰੀ ਪਿੱਛੇ ਰਹਿ ਗਏ ਸੀ ਅਸੀਂ। ਓਵਰ ਸਮਾਰਟ ਬੰਦਾ ਹਮੇਸ਼ਾ ਨੁਕਸਾਨ ਕਰਦਾ, ਮੈਂ ਲਾਡੀ ਨੂੰ ਕਹੀ ਗਿਆ ਕਿ ਸਿੱਧਾ ਚੱਲ ਅੱਗੇ ਪੈਟਰੋਲ ਪੰਪ ਮਿਲ ਜੂਗਾ, ਪਰ ਨਹੀਂ ਜੀ, ਲਾਡੀ ਹੋਣੀ ਨੇ ਐਡਵੈਂਚਰ ਸਪੋਰਟ ਦੇ ਮਾਹਰ, ਇਹਨਾਂ ਨੇ ਜੀਤ ਨੂੰ ਵੀ ਖੱਜਲ ਕੀਤਾ, ਉੱਥੋਂ ਹਾਈਵੇ ਤੋਂ ਉੱਤਰ ਕੇ ਤੇਲ ਵੀ ਲੈ ਕੇ ਆਏ ਤੇ 10 ਕਿਲੋਮੀਟਰ ਅੱਗੇ ਅਸੀਂ ਆਰਾਮ ਨਾਲ ਇੱਥੇ ਬੈਠੇ ਹਾਂ, ਤੇਲ ਭਰ ਕੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ, ਬਾਅਦ ਚ ਸਿਆਣੇ। ਚਲੋ ਹੁਣ ਖਤਰੋਂ ਕੇ ਖਿਲਾੜੀ ਰੱਜ ਹੋਏ, ਸਪਾਈਡਰਮੈਨ ਕੀ ਤਰ੍ਹਾਂ ਚਿਪਕੇ ਹੋਏ। ਜੈਪੁਰ ਦਾ ਸ਼ੋਅ ਵਧੀਆ ਰਿਹਾ ਜੀ ਸਾਡਾ, ਆਹ ਸਾਡੀ ਹੁਣ ਲੰਚ ਤੇ ਡਿਨਰ ਵਾਲੀ ਨੂੰ ਕੀ ਕਹਾਂਗੇ, ਡਰੰਚ ਬ੍ਰੇਕ ਹੋਈ ਸੀ, ਡਰੰਚ ਬ੍ਰੇਕ। ਚਾਰ ਗਲਾਸ ਦੁੱਧ ਦੇ ਤੇ ਕੁੱਕੀਆਂ ਖਾ ਕੇ ਹਟਿਆ ਸਾਡੇ ਕਿਊਟੀ ਪਾਈ, ਚਾਰ ਗਲਾਸ ਦੁੱਧ ਦੇ ਸੌਣ ਤੋਂ ਪਹਿਲਾਂ ਤੇ ਬਿਸਕਿਟ, ਆਹ ਦੇਖੋ ਚਾਰ ਪੈਗ ਦੁੱਧ ਦੀ ਲਾ ਲੈ, ਨਹੀਂ ਉਦੋਂ ਗੱਲਾਂ ਨਹੀਂ ਕਰਨੀਆਂ। ਤੁਹਾਡੇ ਗਰੁੱਪ ਚ ਹਰ ਤੁਹਾਡੇ ਨਾ ਤੁਹਾਡੇ ਸਾਰੇ ਗਰੁੱਪ ਚ ਕੋਈ ਇੱਕ ਨਾ ਇੱਕ ਨਲਾਇਕ ਜਿਹਾ ਬੰਦਾ ਹੁੰਦਾ ਜਿਹੜਾ ਭੂਤਾਂ ਦੀ ਯਕੀਨ, ਵੈਸੇ ਮੈਂ ਬਿਲਕੁਲ ਇੱਕ ਵਾਰ ਜੇ ਕੋਈ ਭੂਤ ਸੁਣ ਰਿਹਾ ਤਾਂ ਮੇਰਾ ਕੋਈ ਰੌਲਾ ਨੀ, ਮੈਂ ਤੁਹਾਨੂੰ ਲੜ ਨੀ ਰਿਹਾ, ਮੈਨੂੰ ਲੱਗਦਾ ਤੁਸੀਂ ਨਹੀਂ ਹੈਗੇ, ਠੀਕ ਹੈ, ਜੇ ਹੈਗੇ ਹੋ ਤਾਂ ਕੋਈ ਪ੍ਰੋਬਲਮ ਨੀ ਚਾਹੁੰਦਾ ਤੁਹਾਡੇ ਨਾਲ, ਪਰ ਇਹ ਕਈ ਬੰਦੇ ਨੇ ਜਿਹੜੇ ਲਾਡੀ ਪੈ ਸਮਾਨ ਚੱਕ ਆਪਾਂ ਮੇਰੇ ਕਮਰੇ ਚ ਸੌਵਾਂਗੇ, ਛੱਡ ਯਾਰ ਤੂੰ ਵਧੀਆ ਪ੍ਰੋਪਰ ਬੈਡ ਚ ਸੌਣਾ। ਗੇਟ ਕੱਢ ਗਿਆ, ਕੋਈ ਹੈ, ਕੋਈ ਹੈ। ਗੁੱਡ ਮਾਰਨਿੰਗ, ਅੱਜ ਦਾ ਵਲੌਗ ਬੰਦ ਕਰੋ, ਫੋਨ ਆ ਗਿਆ, ਓਕੇ ਬਾਏ, ਸਤਿ ਸ਼੍ਰੀ ਅਕਾਲ ਵੀਰੇ। ਉਧਰਲੇ ਕਮਰੇ ਚ ਕੁਝ ਹੈਗਾ?
ਕੱਲ ਨੂੰ ਇੱਕ ਨਵਾਂ ਸ਼ੋ, ਨਵਾਂ ਕਾਲਜ, ਨਵਾਂ ਸ਼ਹਿਰ ਤੇ ਹਾਡੀ ਵੀਰੇ ਸਾਡੇ ਨਾਲ ਤੇ ਕੌਰੀ ਬਾਏ ਬਾਏ ਕਹਿ ਦੋ ਫਿਲਹਾਲ ਵਾਸਤੇ। ਦੁਬਾਰਾ ਫੇਰ ਮਿਲਦੇ ਆ ਅਗਲੇ ਮਿੰਟ ਅਗਲੀ ਵੀਡੀਓ ਦੇ ਨਾਲ। ਥੈਂਕ ਯੂ। ਦੁੱਧ ਪੀਣਾ ਨਾ ਭੁੱਲਿਓ। ਸਤਿ ਸ੍ਰੀ ਅਕਾਲ। ਅੱਛਾ, ਸਭ ਤੋਂ ਪਹਿਲਾਂ ਤਾਂ ਰਾਜਸਥਾਨ ਯੂਨੀਵਰਸਿਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਰੋਟੀ ਰੋਟੀ ਬਸ ਉੱਧਰ ਦੇ ਦਿਓ। ਸੇਮ ਭਾਜੀ ਵੀ ਨਹੀਂ ਚਾਹੀਦੀ, ਚਾਹੇ ਕਿ ਤਿੰਨ ਕੱਪ ਲਾ ਦਿਓ ਲੇਕਿਨ ਏਕ ਮੇਂ ਖੰਡ ਨਾ ਹੋ। ਆਪਣਾ ਮਿੱਤਰੋ ਚੀਟੀ ਕੀ ਆ ਦੋਸਤੋ, ਰਾਜਸਥਾਨ ਯੂਨੀਵਰਸਿਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਅਤੇ ਹੁਣ ਅਸੀਂ ਚੱਲੇ ਹਾਂ ਘਰ ਨੂੰ ਅਤੇ ਇਹ ਵਲੋਗ ਤੁਸੀਂ ਦੇਖ ਰਹੇ ਹੋ ਸੈਟਰਡੇ ਨੂੰ ਅਤੇ ਸੈਟਰਡੇ ਯਾਨੀ 8 ਤਰੀਕ ਨੂੰ ਅਸੀਂ ਇੱਕ ਨਵਾਂ ਵਲੋਗ ਸ਼ੂਟ ਕਰਾਂਗੇ ਜਿਹੜਾ ਤੁਸੀਂ ਹੁਣ ਵੈਂਸਡੇ ਨੂੰ ਦੇਖੋਗੇ। ਸੋ ਵੈਂਸਡੇ ਅਤੇ ਸੈਟਰਡੇ ਦੋ ਦਿਨ ਨੇ, ਸੈਟਰਡੇ ਨੂੰ ਵਲੋਗ ਪੱਕਾ ਆਇਆ ਕਰੂਗਾ, ਵੈਂਸਡੇ ਨੂੰ ਸ਼ਾਇਦ ਆਇਆ ਕਰੂਗਾ। ਸੋ ਸੈਟਰਡੇ ਨੋਟ ਕਰ ਲਓ ਕਿਉਂਕਿ ਪਿਛਲੀ ਵਾਰੀ ਥੋੜ੍ਹੀ ਪ੍ਰੋਬਲਮ ਜੀ ਹੋ ਗਈ ਸੀ, ਬਹੁਤ ਮੈਸੇਜਸ ਆਏ ਕਿ ਬਾਈ ਯਾਰ ਵਲੋਗ ਅਪਲੋਡ ਨਹੀਂ ਹੋਇਆ ਅਤੇ ਸੋ ਦੈਟਸ ਇਟ। ਸੈਟਰਡੇਜ਼ ਆਰ ਡੈਫੀਨੇਟ, ਵੈਂਸਡੇਜ਼ ਆਰ ਮੇ ਬੀ, ਐਂਡ ਚੀਅਰਸ ਟੂ ਐਵਰੀਬਡੀ ਇਨ ਰਾਜਸਥਾਨ ਐਂਡ ਦਿੱਲੀ, ਬਹੁਤ ਸਾਰਾ ਪਿਆਰ। ਹੁਣ ਅਸੀਂ ਚੱਲੇ ਆਪਣੇ ਅਗਲੀ ਸ਼ਾਰਟਸ। ਹੋਰ ਫਿਰ ਕੌਰੀ ਕਿਵੇਂ ਆ? ਕੌਰੀ ਤੈਨੂੰ ਲੋਕ ਪਿਆਰ ਨਹੀਂ ਕਰਦੇ ਹੈਗੇ ਪਤਾ, ਰੋਲ ਹੈ ਜੀ ਇੱਧਰ, ਗਾਲਾਂ ਨਹੀਂ ਕੱਢਣੀਆਂ। ਚਾਹ ਤੇ ਵੀ ਗਾਣਾ ਬਣਿਆ ਪਿਆ ਵੀਰੇ ਇੱਕ, ਤੇਰੇ ਸਿਰ ਦੀ ਸੌ। ਮੈਂ ਪਤਾ ਕੀ ਸੋਚ ਰਿਹਾ ਸੀ, ਆਰ ਦੀ ਸੁਣਾਈ ਕੋਈ ਪਾਰ ਦੀ ਸੁਣਾਈ, ਆਰ ਦੀ ਸੁਣਾਈ ਕੋਈ ਪਾਰ ਦੀ ਸੁਣਾਈ, ਘਰ ਦੀ ਸੁਣਾਈ ਕੋਈ ਬਾਹਰ ਦੀ ਸੁਣਾਈ, ਪੜ ਕੋਈ ਖਬਰ ਅਖਬਾਰ ਦੀ ਸੁਣਾਈ, ਚਾਹ ਪੀ ਕੇ ਜਾਈ ਚਾਹ ਪੀ ਕੇ ਜਾਈ ਚਾਹ ਪੀ ਕੇ ਜਾਈ। ਲਾਈਟਿੰਗ ਸੋਹਣੀ ਆ ਵੀਰੇ, ਸਿੰਕ ਲੈ ਲਈ ਇੱਥੇ ਰੂਬੀ ਕੋਨਾ। ਚੰਗਾ ਵੀ ਮਿੱਤਰੋ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਸੈਟਰਡੇ ਨੂੰ ਪੱਕਾ ਅਤੇ ਵੈਂਸਡੇ ਨੂੰ ਮੇਬੀ ਆ ਅਤੇ ਚੈਨਲ ਸਬਸਕ੍ਰਾਈਬ ਕਰ ਲਓ, ਇੱਥੇ ਲਿੰਕ ਆ ਰਹੀ ਸ਼ਰਮਾ ਓਰਿਜਨਲ। ਮਿਲਦੇ ਹਾਂ ਅਗਲੀ।